कैंप आ गए हैं, ये साड़ी कैंपिंग साइड है, तो बाद असी मेले जावांगे, मेले च माड़ा मोटा नचांगे गावांगे क्योंकि रात हो गई है। तो असी फाइनली कोहिमा पहुँच गए हैं, हैरीटेज विलेज जावांगे, थोड़ा बहुत इंजॉय करांगे, तो फिर असी कल सवेर नूं नवा प्रोग्राम बनावांगे कि असी कल किहड़े पासे घूमन जाना। मैं कहना बहुत ही मजा है, क्या बात है, चीकां रौले लोग ही लोग, क्या प्रोग्राम है, बहुत ही सोहना प्रोग्राम है। वाकई जिहड़ा हॉर्नबिल फेस्टिवल है, ये जो फेस्टिवल वाकई इंडिया से कितने नहीं मनाया जाता, या तो एक सनबर्न फेस्टिवल है या एक नागालैंड का हॉर्नबिल फेस्टिवल है। वंडरफुल एक्सपीरियंस। सोहनी सवेर है, ब्रेकफास्ट कर लिया, तो हूँ आप कोहिमा चले हैं। कोहिमा तो कोहिमा बड़ी खास जगह है, इंट्रस्टिंग चीज़ है, आओ तुहानू दिखाउंदे हां। ਕੀ ਹਾਲ ਨੇ? ਵਧੀਆ ਸਾਰੇ। ਅਤੇ ਅਸੀਂ ਪਹੁੰਚ ਗਏ ਹਾਂ ਕੋਹਿਮਾ। ਇਹ ਨਾਗਾਲੈਂਡ ਵਿੱਚ ਬਹੁਤ ਵਧੀਆ ਜਗ੍ਹਾ ਹੈ, ਬਹੁਤ ਸੋਹਣਾ ਵਿਲੇਜ ਹੈ, ਅਤੇ ਤੁਹਾਨੂੰ ਅਸੀਂ ਦਿਖਾਵਾਂਗੇ। ਇਹ ਕੋਈ ਬਾਹਲਾ ਦੂਰ ਨਹੀਂ ਹੈਗਾ, ਪਰ ਸੜਕਾਂ ਬਹੁਤ ਖਰਾਬ ਹੈ। 11 ਕਿਲੋਮੀਟਰ 1 ਘੰਟਾ 24 ਮਿੰਟਾਂ 'ਚ ਕਵਰ ਕਰ ਰਹੇ ਹੈ, ਬਟ ਬਹੁਤ ਵਧੀਆ ਜਗ੍ਹਾ ਹੈ, ਘੁੰਮਣ ਵਾਲੀ ਜਗ੍ਹਾ। मैं तुहानू दिखा दा कि आ देख सकते हो तुसी सामने, जे तुहानू दिख रहा होगा ते इत्थे होर भी काफ़ी टूरिस्ट आए हुए ने। बहुत सोहनी जगह है, बस सड़कां दे हाल माड़े है। आ तुसी, मैं तुहानू दिखाउणा चाहांगा, इत्थे लिखा नागाज़ आर नॉट इंडियंस, देयर टेरिटरी इज नॉट द पार्ट ऑफ द इंडियन यूनियन, वी शैल अनहोल्ड एंड डिफेंड दिस यूनिक ट्रुथ एट ऑल कॉस्ट। ग्रेट, कनोरमा आ गए आप, तुसी देख सकते हो इत्थे जेड़ा इत्थे लिखा सी दीज मैन आर वूमेन्स ऑफ कनोरमा गेट, देयर लाइफ फॉर द विजन ऑफ द फ्री नागा नेशन, वी रिमेंबर एंड सल्यूट देम एंड स्टिल होल्ड फास्ट टू देयर विजन।
ਆਹ ਜਿਹੜਾ ਪਿੰਡ ਹੈ ਕੋਹਨਾਮਾ, ਇਹਦੀ ਵੀ ਇੱਕ ਕਹਾਣੀ ਹੈ। ਬੇਸਿਕਲੀ ਇਹ ਜਿਹੜਾ ਪਿੰਡ ਹੈ ਇਹ ਬਹੁਤ ਹੀ ਇਤਿਹਾਸਿਕ ਪਿੰਡ ਹੈ। ਨਾਗਾਲੈਂਡ ਵਿੱਚ ਆ ਕੇ ਐਂ ਜੇ ਲੱਗਿਆ ਕਿ ਜਿਵੇਂ ਲੋਕ ਕਹਿੰਦੇ ਆ ਕਿ ਨਾਗਾ ਆਪਣੇ ਆਪ ਨੂੰ ਇੰਡੀਅਨ ਨਹੀਂ ਮੰਨਦੇ, ਤਾਂ ਇਹ ਉੱਥੋਂ ਦੇ ਰਾਜੇ ਦਾ ਪਿੰਡ ਹੈ ਜਿੱਥੇ ਉਹਨੇ ਵਿਦਰੋਹ ਦੀ ਸ਼ੁਰੂਆਤ ਕੀਤੀ ਸੀ ਕਿ ਅਸੀਂ ਨਾਗਾਲੈਂਡ ਵਾਲੇ ਬੰਦੇ ਹਾਂ ਜਿਹੜੇ ਉਹ ਇੰਡੀਆ ਦੇ ਪਾਰਟ ਨਹੀਂ ਹੈ। ਉਹਨੇ ਆਪਣੀ ਸਰਕਾਰ ਵੀ ਬਣਾ ਲਈ ਸੀ, ਬਹੁਤ ਵਿਦਰੋਹ ਹੋਇਆ, ਵਿਦਰੋਹ ਤੋਂ ਬਾਅਦ ਉਹਦੀ ਸਰਕਾਰ ਭੰਗ ਕਰ ਦਿੱਤੀ ਗਈ। ਅਤੇ ਜਿਹੜਾ ਉਹ ਰਾਜਾ ਸੀ ਐਂ ਲਾ ਲਓ ਉਹ ਬਰਮਾ ਦੇ ਰਾਸਤੇ ਇੰਗਲੈਂਡ ਚਲਾ ਗਿਆ ਸੀ। ਇੰਗਲੈਂਡ 'ਚ ਜਾ ਕੇ ਵੀ ਉਹਨੇ ਆਪਣਾ ਜਿਹੜਾ ਵਿਦਰੋਹ ਹੈ ਉਹ ਜਾਰੀ ਰੱਖਿਆ ਸੀ ਅਤੇ ਉਸ ਤੋਂ ਉਹਦੀ ਮੌਤ ਹੋ ਗਈ ਸੀ। ਅਤੇ ਉਹਦੀ ਬਹੁਤ ਹੀ ਇੱਥੇ ਐਂ ਲਾ ਕੇ ਚੱਲੀ ਆਪਾਂ ਮਾਨਤਾ ਹੈ, ਉਹ ਇੱਕ ਤਰੀਕੇ ਦਾ ਨਾਗਾਲੈਂਡ ਵਾਲਿਆਂ ਦਾ ਫਰੀਡਮ ਫਾਈਟਰ ਹੈ ਜਿਹੜਾ ਲੜਨਾ ਚਾਹੁੰਦਾ ਸੀ। ਅਤੇ ਆਹ ਜਿਹੜੀਆਂ ਵਾਦੀਆਂ ਦੇਖ ਰਹੇ ਹੋ, ਪਿੰਡ ਇੰਨਾ ਜ਼ਿਆਦਾ ਖਾਸ ਕਿਉਂ ਹੈ, ਇਹ ਤਿੰਨੇ ਪਾਸਿਓਂ ਪਹਾੜਾਂ ਨਾਲ ਕਵਰ ਹੈ ਔਰ ਬਹੁਤ ਹੀ ਘਣੇ ਜੰਗਲ ਨੇ ਜਿਹਦੇ ਵਿੱਚੋਂ ਜੇ ਇਸ ਪਿੰਡ 'ਤੇ ਅਟੈਕ ਦੀ ਗੱਲ ਹੋ ਰਹੀ ਹੈ ਜਾਂ ਕਿਸੇ ਵੀ ਚੀਜ਼ ਦੀ ਗੱਲ ਹੋ ਰਹੀ ਹੈ ਤਾਂ ਇੱਥੇ ਕੋਈ ਵੀ ਅਟੈਕ ਨਹੀਂ ਕਰ ਸਕਦਾ ਸੀ। ਇੱਕੋ ਹੀ ਰਾਸਤਾ ਸੀ ਆਉਣ ਦਾ ਜਾਣ ਦਾ, ਅਤੇ ਇਸ ਕਰਕੇ ਜਲਦੀ ਇਸ ਪਿੰਡ 'ਤੇ ਕਦੇ ਹਮਲਾ ਨਹੀਂ ਹੋ ਪਾਇਆ, ਕਦੇ ਇੱਥੇ ਅੰਗਰੇਜ਼ ਤੱਕ ਨਹੀਂ ਆ ਪਏ ਸੀਗੇ, ਜੋ ਇੱਥੋਂ ਦੇ ਲੋਕਲ ਗਾਈਡ ਨੇ ਜਾਂ ਲੋਕਲ ਲੋਕ ਨੇ ਉਹ ਦੱਸਦੇ ਨੇ। ਬਾਕੀ ਤੁਸੀਂ ਦੇਖੋ ਇਹ ਗੱਲਾਂ ਤੋਂ ਬਾਅਦ ਜਿਹੜਾ ਨਾਗਾਲੈਂਡ ਦਾ ਕੁਦਰਤ ਹੈ ਉਹ ਕਿੰਨੀ ਪਿਆਰੀ ਹੈ ਅਤੇ ਕਿੰਨੀ ਸੋਹਣੀ ਹੈ। ਜਿਹੜੇ ਇੱਥੋਂ ਦੇ ਫਰੂਟ ਹੈ ਯਾਰ ਉਹ ਵੀ ਬੜੇ ਖਾਸ ਨੇ, ਅਤੇ ਜਿਹੜਾ ਇੱਥੋਂ ਦਾ ਜੂਸ ਹੈ ਆਹ ਭਾਵ ਤੁਸੀਂ ਦੇਖੋ ਇਹ ਐਪਲ ਜੂਸ ਹੈ ਅਤੇ ਆਹ ਐਪਲ ਹੈ। ਮਤਲਬ ਵੈਸੇ ਤਾਂ ਮੈਂ ਰਾਇ ਦਊਂਗਾ ਕਿ ਕੋਈ ਨਾ ਹੀ ਖਾਏ, ਅਸੀਂ ਇੱਕ ਲੈ ਲਿਆ ਖਾ ਲਿਆ ਪਰ ਬਹੁਤ ਹੀ ਕੌੜਾ, ਮਿੱਠਾ ਤਾਂ ਜਮਾਂ ਹੀ ਹੈ ਨਹੀਂ। ਤਾਂ ਉਵੇਂ ਲੋਕਲ ਬੋਤਲਾਂ ਵਿੱਚ ਜੂਸ ਹੈ ਤਾਂ ਬਹੁਤ ਹਾਈਟ 'ਤੇ ਹੈ, ਇਸ ਕਰਕੇ ਇੱਥੇ ਸਾਰੀਆਂ ਚੀਜ਼ਾਂ ਬਹੁਤ ਕੋਸਟਲੀ ਨੇ। ਹੁਣ ਆਪਾਂ ਦਿਨੇ ਦਿਨੇ ਇੱਥੋਂ ਵਾਪਸ ਚਾਲੇ ਪਾ ਲਏ ਹੈ, ਅਤੇ ਇਹ ਪਿੰਡ ਦੇ ਉੱਤੋਂ ਇੱਕ ਮੋਟਰ ਵਹੀਕਲ ਦਾ ਬਣਿਆ ਹੋਇਆ ਕਿ ਤੁਸੀਂ ਪਿੰਡ ਦੇ ਜਿਵੇਂ ਆਪਾਂ ਫਿਰਨੀ ਕਹਿ ਦਿੰਦੇ ਹਾਂ ਉਵੇਂ ਸਾਰੇ ਪਿੰਡ ਦਾ ਤੁਸੀਂ ਚੱਕਰ ਲਾ ਸਕਦੇ ਹੋ, ਅਤੇ ਆਪਾਂ ਉਹ ਚੱਕਰ ਲਾ ਰਹੇ ਹਾਂ। ਅਤੇ ਇਹ ਤੋਂ ਬਾਅਦ ਹੁਣ ਆਪਾਂ ਕੋਹਿਮਾ ਸ਼ਹਿਰ ਵੱਲ ਚੱਲਾਂਗੇ ਕਿਉਂਕਿ
ਇੱਥੇ ਤੁਹਾਨੂੰ ਜਿਵੇਂ ਪਹਿਲਾਂ ਵੀ ਤੁਸੀਂ ਦੇਖਿਆ ਕਿ 4-4:30 ਵਜੇ ਹਨੇਰਾ ਹੋ ਜਾਂਦਾ ਅਤੇ ਆਪਾਂ ਹੁਣ ਵਾਪਸ ਚੱਲੇ ਹਾਂ ਕੋਹਿਮਾ। ਕੋਹਿਮਾ ਆਪਣੇ ਟੈਂਟ ਸਾਈਡ ਜਾਵਾਂਗੇ ਅਤੇ ਫਿਰ ਸਵੇਰੇ ਪਲੈਨ ਕਰਕੇ ਨਿਕਲਾਂਗੇ ਕਿਹੜੇ ਪਾਸੇ ਚੱਲੀਏ। ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਮਿਲਦੇ ਹਾਂ ਨਾਗਾਲੈਂਡ ਹੌਰਨਬਿਲ ਫੈਸਟੀਵਲ।